ऐसा की तक किया पट होने ना तू आंदी ना नींद आंदी तू आंदी ना नींद आंदी। सो वेलकम बैक गाइस, क्या चला? सब दोस्त फुली सारे वधिया होंगे। वरिंदर बराड जहर इश्क एल्बम या ईपी जो भी है, मतलब यह पढ़े तो है जी, मैं कहता कि एल्बम या ईपी कुछ है वरिंदर बराड़ दी है, चेक कर लें तो एक मिनट। जहर इश्क, बाकी भाई तुम मैं कन्फर्म करैक्ट कर सकते हो, ठीक है? तो जित तक मैं याद है मैं कितने पढ़िया, तो चलो आप स्टार्ट करते हैं। वरिंदर बराड़ बहुत कैंट स्टार्टिंग, कई ही वारी महफिल विच बैठा पर कला कला लगदा, लोकी कहिंदे मुंडा स्टार होया पर खुद नू चला लगदा, होके पानी पीना मैं एनू पर ये अग काल जे विच लौंदी, मैं पैग शुरू ता करदा यारा नाल पर पी के चेते तू आउंदी, मैं पैग शुरू ता करदा यारा नाल पर पी के चेते तू आउंदी। ਉਹਦਾ ਚੱਕਦਾ ਨੀ ਫੋਨ ਛੇਤੀ ਕਿਸੇ ਦਾ ਵੀ ਆਵੇ ਪਰ ਤੇਰੀ ਨੀ ਉਹ ਕੋਲ ਦੀ ਉਡੀਕ ਕਰਦਾ, ਉਹਦਾ ਦਿਲ ਉੱਤੇ ਮੇਰੇ ਕੁਝ ਅਸਰ ਨਾ ਕਰੇ ਜਦੋਂ ਤੇਰੀ ਫੋਟੋ ਦੇਖੇ ਤੇਜ ਬੀਟ ਕਰਦਾ, ਨੀ ਮੇਰੀ ਜਿਵੇਂ ਜਿਵੇਂ ਬੋਤਲ ਜੀ ਖਾਲੀ ਹੁੰਦੀ ਹੈ ਨੀ ਮੈਂ ਉਵੇਂ ਉਵੇਂ ਗਵਾਂ ਨਾਲ ਜਾਵਾਂ ਭਰਦਾ, ਜਿਵੇਂ ਮੂਮਲ ਸੀ ਰਾਜੇ ਰਾਣੋ ਲਈ ਸੜ ਗਈ ਨੀ ਮੈਂ ਉਵੇਂ ਤੇਰੀ ਯਾਦਾਂ ਵਿੱਚ ਰੋਜ਼ ਸੜਦਾ, ਐਸਾ ਕੀ ਤੱਕ ਪਟ ਹੋਣੇ ਨਾ ਤੂੰ ਆਉਂਦੀ ਨਾ ਨੀਂਦ ਆਉਂਦੀ ਤੂੰ ਆਉਂਦੀ ਨਾ ਨੀਂਦ ਆਉਂਦੀ। ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ ਪਰ ਪੀ ਕੇ ਚੇਤੇ ਤੂੰ ਆਉਂਦੀ, ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ ਪਰ ਪੀ ਕੇ ਚੇਤੇ ਤੂੰ ਆਉਂਦੀ। ਓਕੇ, ਨਾਈਸ ਕਨਸੈਪਟ ਵੀਡੀਓ ਚ ਹੁਣ ਆਤਮਾ ਘੁੰਮ ਰਹੀ ਹੈ ਵਰਿੰਦਰ ਬਰਾੜ ਦੀ। ਮੇਰਾ ਸਰੀਰ ਭਾਵੇਂ ਘੁੰਮ ਲਵੇ ਸਾਰੀ ਦੁਨੀਆ ਨੀ ਮੇਰੀ ਸੋਚ ਤੇਰੇ ਪਿੰਡ ਵਾਲੀ ਗਲੀ ਵਿੱਚ, ਜਿੱਥੇ ਪੜ੍ਹਦੇ ਹੁੰਦੇ ਸੀ ਇਕੱਠੇ ਲੜਦੇ ਹੁੰਦੇ ਸੀ ਉਹ ਪ੍ਰਾਇਮਰੀ ਸਕੂਲ ਵਾਲੀ ਗਲੀ ਵਿੱਚ, ਭਾਵੇਂ ਲਿਖੇ ਕੁਝ ਸ਼ੇਰ ਮੈਥੋਂ ਸਾਂਭੇ ਨੀ ਗਏ ਮੁੰਡਾ ਚੈਟ ਤੇਰੀ ਅੱਜ ਵੀ ਇਹ ਸਾਂਭੀ ਫਿਰਦਾ, ਉਹਦਾ ਰਿੰਗ ਵਰ ਸੱਚ ਦੀ ਮੈਂ ਪਾ ਕੇ ਦੇਖ ਲਈ ਨੀ ਪਰ ਤੇਰੇ ਦਿੱਤੇ ਛੱਲੇ ਦੀ ਨੀ ਰੀਸ ਕਰਦਾ, ਚੱਲ ਮੇਰੀ ਉਮਰ ਤੈਨੂੰ ਲਾ ਦੇਵੇ ਆਏ ਰੱਬ ਕਰੇ ਤੂੰ ਰਹਿ ਜਾਂਦੀ, ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ ਪਰ ਪੀ ਕੇ ਚੇਤੇ ਤੂੰ ਆਉਂਦੀ, ਮੈਂ ਪੈਗ ਸ਼ੁਰੂ ਤਾਂ ਕਰਦਾ ਯਾਰਾਂ ਨਾਲ ਪਰ ਪੀ ਕੇ ਚੇਤੇ ਤੂੰ ਆਉਂਦੀ। ਇਹ ਪੀਣ 'ਚ ਅੱਜ ਮੈਨੂੰ ਇੰਨੀ ਮਿੱਠੀ ਕਿਉਂ ਲੱਗ ਰਹੀ, ਚੱਲ ਯਾਰਾ ਇਹਦੇ 'ਚ ਜ਼ਹਿਰ ਇਸ਼ਕ ਪਾ ਦੇ, ਉਹਦਾ ਤੰਗ ਤਾਂ ਤੈਨੂੰ ਕੁੜੀ ਦੀਆਂ ਯਾਦਾਂ ਕਰਦੀਆਂ, ਚੱਲ ਬਰਾੜਾ ਨਾਮ ਸ਼ਰਾਬ ਦਾ ਲਾ ਦੇ। ਜੱਟ ਤੇਰਾ ਬਣ ਕੇ ਰਹੂਗਾ ਇਹ ਮੌਤ ਨੀ ਵੱਖ ਮੈਨੂੰ ਕਰ ਸਕਦੀ, ਮੌਤ ਨੀ ਵੱਖ ਮੈਨੂੰ ਕਰ ਸਕਦੀ। क्या सुना एल्बम चैप्टर वन जहर इश्क, चैप्टर टू छल्ले, वीडियो बाय एचएक्स विजुअल्स, डायरेक्टेड बाय हैरी, ते बहुत सोना काम, फीमेल लीड अंकिता सैली, म्यूजिक मौसी,
ਸ਼ੁਭ ਸੰਧੂ DOP ਬਹੁਤ ਸੋਹਣੇ ਸ਼ਾਰਟਸ ਲਏ ਆ ਬਾਈ। ਓਵਰਆਲ ਵਰਿੰਦਰ ਬਰਾੜ ਐਤਕੀ ਸੈਡ ਐਲਬਮ ਲੈ ਕੇ ਆਇਆ, ਦਿਲ ਤੋਂ ਟੁੱਟੇ ਹੋ ਸਕਦਾ, ਬਾਕੀ ਹੋ ਸਕਦਾ ਕਿ ਜਿਉਂ ਜਿਉਂ ਐਲਬਮ ਅੱਗੇ ਵਧੇ ਸੈਡ ਨਾ ਹੋਵੇ, ਚੇਂਜ ਹੁੰਦੀ ਰਹੇ, ਠੀਕ ਆ। ਅਤੇ ਬਟ ਜੇ ਚੈਪਟਰ 2 ਰੱਖਣਾ ਸੀਗਾ ਕਿ ਇਹਦੇ ਨਾਲ ਹੀ ਮੈਚ ਕਰਦਾ ਸੀਗਾ ਅਤੇ ਫਿਰ ਵਰਿੰਦਰ ਬਰਾੜ ਨੂੰ ਮਾਰਨਾ ਨਹੀਂ ਸੀ ਚਾਹੀਦਾ, ਮੈਂ ਇਹੀ ਗੱਲ ਕਹੂੰਗਾ, ਠੀਕ ਹੈ। ਸਟੋਰੀ ਵਧੀਆ ਚੱਲਦੀ ਹੈ ਓਵਰਆਲ, ਬਟ ਚਲੋ ਕੋਈ ਗੱਲ ਨਹੀਂ, ਮੇਰੀ ਸੋਚ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਜ਼ਹਿਰ ਇਸ਼ਕ ਕਿੰਨੀ ਸੋਹਣੀ ਆਖਰ 'ਚ ਲੈਣ ਗਈ ਹੈ ਵਰਿੰਦਰ ਬਰਾੜ ਨੇ, ਕਿ ਤੰਗ ਤਾਂ ਤੈਨੂੰ ਕੁੜੀ ਦੀਆਂ ਯਾਦਾਂ ਕਰਦੀਆਂ, ਚੱਲ ਨਾਮ ਸ਼ਰਾਬ ਦਾ ਲਾ ਦੇ। ਸ਼ਾਇਰ ਸ਼ਾਇਰ ਬਣ ਜਾਂਦੇ ਆ ਯਾਰ ਮੁੰਡੇ, ਝੱਟ ਸ਼ਾਇਰ ਬਣ ਜਾਂਦੇ ਆ ਨਾ, ਦਿਲ ਟੁੱਟਣ ਦੀ ਦੇਰ ਆ ਬਸ, ਸ਼ਾਇਰੀ ਦਾ ਵੱਟ ਤੇ ਚੱਕ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਗਾਣੇ ਦੀ, ਗਾਣੇ ਦਾ ਮਿਊਜ਼ਿਕ ਬਿਲਕੁਲ ਠੀਕ, ਸਭ ਕੁਛ ਠੀਕ ਸੀਗਾ। ਆਈ ਵੁੱਡ ਲਾਈਕ ਟੂ ਸੇ ਦੈਟ ਥੋੜ੍ਹੀ ਜਿਹੀ ਕਿੱਕ ਹੋਰ ਹਾਰਡ ਕਰ ਸਕਦੇ ਸੀ ਹਲਕੀ ਜਿਹੀ ਆਪਾਂ ਥੋੜ੍ਹਾ ਜਿਹਾ, ਅਤੇ ਤਾਂ ਕਿ ਥੋੜ੍ਹੀ ਹੋਰ ਰੈਕਗਨਾਈਜੇਬਲ ਹੁੰਦੀ, ਪਰ ਚੱਲ ਕੋਈ ਨਹੀਂ, ਜਿਵੇਂ ਠੀਕ ਸੀਗਾ, ਕੋਈ ਚੱਕਰ ਨਹੀਂ ਹੈਗਾ ਐਡਾ। ਅਤੇ ਵੋਕਲਸ ਤਾਂ ਵਧੀਆ ਨੇ ਕੋਈ ਦੇਰ ਬਣਾ ਦਿਆ। ਉਸ ਤੋਂ ਬਾਅਦ ਮੈਨੂੰ ਓਵਰਆਲ ਚੀਜ਼ ਸੋਹਣੀ ਲੱਗੀ, ਗਾਣਾ ਬਿਲਕੁਲ ਘੈਂਟ ਲੱਗਿਆ। ਗੱਲ ਬਸ ਇਹ ਹੈ ਕਿ ਹੁਣ ਮੈਂ ਛੱਲੇ ਦੇਖਣਾ ਚਾਹੁੰਦਾ, ਠੀਕ ਹੈ, ਕਿਉਂਕਿ ਛੱਲੇ ਮੈਨੂੰ ਛੱਲਾ ਮੈਨੂੰ ਪਰਟੀਕੁਲਰਲੀ ਵਧੀਆ ਲੱਗਦਾ, ਚਾਹੇ ਗੁਰਦਾਸ ਮਾਨ ਦਾ ਹੋਵੇ, ਚਾਹੇ ਮਾਨ ਸਾਹਿਬ ਦਾ ਹੋਵੇ, ਬੱਬੂ ਮਾਨ ਦਾ, ਠੀਕ ਆ, ਮਤਲਬ ਮੈਨੂੰ ਛੱਲਾ ਗਾਣਾ ਵਧੀਆ ਲੱਗਦਾ। ਅਤੇ ਇਸ ਗਾਣੇ ਵਿੱਚ ਕੁਛ ਐਸੀਆਂ ਨੇ ਗੱਲਾਂ ਕੀਤੀਆਂ ਨੇ ਜਿਹੜੀਆਂ ਗੱਲਾਂ ਹਰ ਮੁੰਡੇ ਦੀ ਲਾਈਫ 'ਚ ਹੁੰਦੀਆਂ ਹੀ ਹੁੰਦੀਆਂ ਨੇ, ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਨੂੰ ਪਿਆਰ ਕਰਦਾ, ਤੂੰ ਦਿਖਾਵੇ ਚਾਹੇ ਨਾ ਦਿਖਾਵੇ, ਪਰ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਇਹੋ ਜਿਹਾ ਇਨਸਾਨ ਹੁੰਦਾ ਓਪੋਜ਼ਿਟ ਜੈਂਡਰ, ਮਾਂ ਬਾਪ ਨੂੰ ਛੱਡ ਕੇ, ਕਿ ਉਹਦੀ ਯਾਦ 'ਚ ਜਾਂ ਉਹਦੇ ਦੁੱਖ 'ਚ ਬੈਠਾ ਹੁੰਦਾ ਕਿਤੇ ਨਾ ਕਿਤੇ, ਕੁਛ ਨਾ ਕੁਛ ਜਿਹਨੂੰ ਉਹ ਯਾਦ ਕਰਦਾ, ਠੀਕ ਆ। ਬਾਕੀ ਇਹ ਮੇਰੀ ਸੋਚ ਹੈ, ਬਾਕੀ ਤੁਸੀਂ ਕਰੈਕਟ ਵੀ ਕਰ ਸਕਦੇ ਹੋ ਬਾਈ, ਜੇ ਤੁਹਾਡੇ ਅੰਦਰ ਕੁਛ ਨਹੀਂ ਹੈਗਾ, ਬਾਕੀ ਵਧੀਆ ਗੱਲ ਹੋਣਾ ਹੋਣਾ ਚਾਹੀਦਾ। ਅਤੇ ਇੱਕ ਗੱਲ ਹੋਰ, ਡਰਿੰਕ ਐਂਡ ਡਰਾਈਵ ਵਾਲਾ ਥੋੜ੍ਹਾ ਜਿਹਾ ਇਹ 'ਚ ਪ੍ਰਮੋਸ਼ਨ ਹੋਈ ਹੈ ਵੀਡੀਓ ਦੇ ਵਿੱਚ, ਉਹ ਨਾ ਉਹ ਨੂੰ ਸੀਰੀਅਸ ਨਾ ਲਿਆ ਹੋਇਆ ਹੈਗਾ, ਠੀਕ ਆ। ਅਤੇ ਉਹ ਮੈਂ ਉਦੋਂ ਵੀ ਕਹਿਣ ਲੱਗਾ ਸੀ, ਪਰ ਮੈਂ ਜਦੋਂ ਗਾਣੇ ਦੇ ਐਂਡ 'ਚ ਕਹਾਂਗੇ ਕਿ ਦਾਰੂ ਪੀਂਦੇ ਹੋਏ ਵਰਿੰਦਰ ਬਰਾੜ ਗਾਣਾ ਗੱਡੀ ਚਲਾ ਰਿਹਾ, ਦੈਟਸ ਰੋਂਗ, ਬਾਕੀ ਦੈਟਸ ਆਲ, ਠੀਕ ਆ। ਅਤੇ ਬਸ ਇਹੀ ਹੋਊਗਾ, ਦਾਰੂ ਦੂਰੂ ਨਾ ਪੀਆ ਕਰੋ, ਸੇਲੇ ਪਿੱਛੇ ਨਾ ਉਜੜੋ, ਕੋਈ ਡਾ ਚੱਕਰ ਵਾਲੀ ਗੱਲ ਨਹੀਂ ਹੈਗਾ, ਵਿਆਹ ਹੋ ਹੀ ਜਾਣਾ ਬਾਈ ਸਾਹਿਬ ਦਾ, ਠੀਕ ਆ। ਅਤੇ ਕੋਈ ਨਾ ਕੋਈ ਕਿਸੇ, ਹਰ ਕਿਸੇ ਦੇ ਵਾਸਤੇ ਕੋਈ ਨਾ ਕੋਈ ਬੰਦਾ ਬਣਿਆ ਹੀ ਹੁੰਦਾ, ਸੋ ਉਹਦੀ ਵੇਟ ਕਰੋ, ਹੋ ਸਕਦਾ ਤਾਂ ਜਿਹਨੂੰ ਪਿਆਰ ਕੀਤਾ ਹੋਵੇ ਉਹਨੂੰ ਡਬਲ ਟ੍ਰਿਪਲ ਤੁਹਾਨੂੰ ਪਿਆਰ ਮਿਲ ਜਾਵੇ, ਠੀਕ ਆ। ਬਾਕੀ ਦੈਟਸ ਆਲ, ਮਿਲਦਾ ਇਤਨਾ ਵੀ ਐਕਸ਼ਨ ਦੇ ਨਾਲ, ਸਤਿ ਸ਼੍ਰੀ ਅਕਾਲ।